कोरोना दी दहशत तां हर जगह नजर आ रही है, पर फिर भी लोग प्रशासन दीआं हदायतां दा पालन नहीं कर रहे। दूजे फेज विच आए कोरोना ने सरकार दी चिंता वधा दित्ती है। इस दे चलदे सूबा सरकार वल्लों एक पहल कीती गई है। इस पहल दे तहत वख-वख डॉक्टर्स दी टीम एक वैन दे विच अमृतसर दे हर इलाके च पहुंच रही है, जो लोकां दे कोरोना टेस्ट कर रही है। पर डॉक्टर दा कहना है कि असे खुद घर घर टेस्ट करन लई पहुंचते हां, पर लोकां वल्लों सहयोग नहीं दित्ता जांदा। इस दे चलदे पुलिस प्रशासन दा सहारा लेना पैंदा है। उत्थे ही कई जगह इस टेस्ट नूं लै के झगड़ा भी हो जांदा है। ਟੈਲੀਫੋਨ ਤੇ ਮੈਸੇਜ ਆਇਆ ਵੀ ਕੋਈ ਕਰੋਨਾ ਟੈਸਟ ਵਾਲੀ ਟੀਮ ਆਈ ਹੈ ਨਾਵਲਟੀ ਗਾਉਂ 'ਚ। ਨਾਵਲਟੀ ਟੀਮ 'ਚ ਪਹੁੰਚੋ, ਅਸੀਂ ਇਹਨਾਂ ਦੀ ਮਦਦ ਵਾਸਤੇ ਆਏ ਹਾਂ। ਜਿਹਨਾਂ ਮਾਸਕ ਨਹੀਂ ਪਾਏ ਉਹਨਾਂ ਨੂੰ ਕਹਿਣ ਡੇ ਫ੍ਰੀ 'ਚ ਹੁੰਦੇ ਚੈੱਕਅਪ ਆਪਣਾ ਕਰਾਓ। ਆਪਣੇ ਸਰਕਾਰ ਵੱਲੋਂ ਹਦਾਇਤਾਂ ਨੇ ਸਾਨੂੰ, ਉਹਨਾਂ ਦੇ ਮੁਤਾਬਕ ਹੀ ਦੇ ਕਰਾਉਣ ਜੀ ਇਹਨਾਂ ਦੀ ਕਰੋਨਾ ਟੈਸਟ। ਫ੍ਰੀ 'ਚ ਹੁੰਦੇ, ਟਾਈਮ ਬਚੇਗਾ, ਗੱਡੀ ਲੱਗੀ ਆ, ਕਰਾਉਂਦੇ ਆ ਬਹੁਤੇ ਜ਼ਿਆਦਾ ਲੋਕ ਆਪਣੀ ਮਰਜ਼ੀ ਨਾਲ। ਕਿੰਨੇ ਕੁ ਲੋਕਾਂ ਨੂੰ ਜਿਹੜਾ ਬਿਨਾਂ ਮਾਸਕ ਤੋਂ ਰੱਖਣ ਆ ਰਿਹਾ? ਕੋਈ ਮਾਸਕ ਵਾਲੇ ਵੀ ਹੈਗੇ, ਮਾਸਕ ਤੋਂ ਬਗੈਰ ਵੀ ਹੈਗੇ ਬੰਦੇ, 40-50 ਬੰਦੇ ਹੋਣੇ ਆ ਜਿਹਨਾਂ ਨੇ ਉਹਨਾਂ ਨੂੰ ਰਜ਼ਾਮੰਦੀ ਨਾਲ ਉਹਨਾਂ ਕਿਹਾ ਵੀ ਅਸੀਂ ਟੈਸਟ ਕਰਾ ਲੈਂਦੇ ਹਾਂ। ਕਿੰਨਾ ਕੁ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਟੈਸਟ? ਜਿਹੜੇ ਜ਼ਿਆਦਾ ਹੈਗਾ ਕੋਈ ਜ਼ਿਆਦਾ ਲੋਕਾਂ 'ਚ ਡਰ ਵੀ ਹੈਗਾ ਫਿਰ ਸਹਿਮਤ ਹੋਣ ਡਿਆ ਵੀ ਅਸੀਂ ਕਰਾ ਲੈਂਦੇ ਹਾਂ, ਸਾਡੀ ਟਾਈਮ ਦੀ ਬੱਚਤ ਹੋਏਗੀ। ਲੋਕਾਂ ਦੀ ਸਹਿਮਤੀ ਮਿਲ ਰਹੀ ਹੈ ਜੀ ਨਾਲ ਤੁਹਾਨੂੰ? ਸਹਿਮਤੀ ਮਿਲ ਰਹੀ ਹੈ ਜੀ, ਬਹੁਤੇ ਲੋਕਾਂ ਨੂੰ ਮਿਲ ਰਹੀ ਹੈ ਸਹਿਮਤੀ।